ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੋ ਸੈਂਟੈਂਸ ਕਰਾਂਗੇ। ਪਹਿਲਾ ਸੈਂਟੈਂਸ ਹੈ ਆਈ ਵੈਂਟ ਫੋਰ ਅ ਵਾਕ, ਮੈਂ ਵਾਕ ਲਈ ਗਈ ਸੀ। ਯੋ ਫੂਈ ਆ ਕਾਮਿਨਾਰ, ਪਾਸਟ ਸੈਂਟੈਂਸ ਦੇ ਵਿੱਚ ਹੋਈ। ਕਾਹਦੇ ਲਈ? ਪਾਰਾ ਤੋਮਾਰ ਆਲਗੋ ਦੇ ਆਇਰੇ, ਏਅਰ ਹੋਗੀ ਆਇਰੇ, ਸਮ ਆਲਗੋ, ਲੈਣਾ ਤੋਮਾਰ, ਠੀਕ ਹੈ। ਯੋ ਫੂਈ ਆ ਕਾਮਿਨਾਰ ਪਾਰਾ ਤੁਮਾਰ ਆਲਗੋ ਦੇ ਆਇਰੇ। ਨੈਕਸਟ ਸੈਂਟੈਂਸ ਹੈ ਆਈ ਐਮ ਸ਼ੋਰ ਦੈਟ ਟੁਮਾਰੋ ਆਈ ਐਮ ਗੋਇੰਗ ਟੂ ਪਾਸ ਮਾਈ ਐਗਜ਼ਾਮ ਇਨ। ਐਸ ਤੋਈ ਸੈਗੂਰਾ ਮਤਲਬ ਮੈਂ ਸ਼ੋਰ ਹਾਂ। ਐਸ ਤੋਈ ਆਈ ਐਮ ਕਿਸੇ ਜਗ੍ਹਾ ਤੇ ਸੋਈ ਹੁੰਦਾ ਕਿਤੇ ਐਸ ਤੋਈ, ਬਟ ਇਸ ਅ ਡਿਫਰੈਂਸ। ਐਸ ਤੋਈ ਆਉਂਦਾ, ਇਹਨਾਂ ਦੀ ਮੇਨ ਵਰਬ ਹੈ ਇਸਤਾਰ, ਪਰ ਉੱਥੋਂ ਆਉਂਦਾ ਐਸ ਤੋਈ ਜਦੋਂ ਆਪਾਂ ਟੈਂਪਰੇਰੀ ਕੰਡੀਸ਼ਨਸ ਹੋਣ, ਚੇਂਜ ਹੋ ਸਕਦੀਆਂ ਹੋਣ, ਤਾਂ ਉੱਥੇ ਆਉਂਦਾ। ਦੇਖ ਕੇ ਮੰਨਿਆ ਨਾ ਕਿ ਕੱਲ ਨੂੰ ਮੈਂ ਐਗਜ਼ਾਮ ਪਾਸ ਕਰ ਲਵਾਂਗਾ ਜਾਂ ਕਰ ਲਵਾਂਗੀ, ਵੋਈ ਅਪਰੋ ਬਾਰ ਮੀ ਐਗਜ਼ਾਮ ਇਨ। ਸੋ ਇਹ ਸੀਗੀ ਅੱਜ ਦੀ ਬਹੁਤ ਹੀ ਸ਼ੋਰਟ ਵੀਡੀਓ। ਆਈ ਹੋਪ ਤੁਸੀਂ ਕੁਛ ਨਾ ਕੁਛ ਜਿਹੜਾ ਹੈ ਜ਼ਰੂਰ ਸਿੱਖਿਆ ਹੋਵੇਗਾ। ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।